किसी टाइम के उत्ते कहिंदे हुंदे सी वी कुड़ी नूं कहिणा वी शाम नूं वी असी करियाने की दुकान पर नहीं भेजना कोई समान लैण नूं वी माहौल खराब है। अज तुसीं इत्थे देखो भी किन्नियां बच्चियां जिद्दां आजादी जी ना अपना फ्रीडम नाल खेल रही हैं उन्हां नूं घरों बाहर आ के इन्ना उन्हां नूं भी अपने आप नूं एक्सप्लोर करन दा इक मौका मिलदा। सिर्फ असीं बाहरले नाम ही क्यों सुणदे आ मैसी ते रोनाल्डो की ਸਾਡੇ ਸੁਨੀਲ ਛੇਤਰੀ ਇਹਨਾਂ ਵਿੱਚੋਂ ਨਹੀਂ ਨਿਕਲ ਸਕਦੇ? ਇਹ ਉਹ ਬੱਚੇ ਨੇ ਜਿਹੜੇ ਕਿ ਜਿਨ੍ਹਾਂ ਦੇ ਵਿੱਚੋਂ ਕਈ ਸਟੇਟ ਲੈਵਲ ਤੱਕ ਵੀ ਜਿੱਤ ਕੇ ਆਏ ਨੇ ਔਰ ਇਹ ਵੀ ਜਿੱਤ ਸਕਦੇ ਨੇ। ਫੁੱਟਬਾਲ ਇੱਡੀ ਫੇਮਸ ਹੈ ਨਹੀਂ ਗੀ, ਹੁਣ ਫਿਰ ਦੇਖਿਆ ਆਪਾਂ ਫੀਫਾ ਦੇ ਬਾਅਦ ਚੋਂ ਨਾ ਕਿ ਫੁੱਟਬਾਲ 'ਚ ਵੀ ਲੋਕ ਬਹੁਤ ਜ਼ਿਆਦਾ ਫੈਨ ਹੋਣ ਡਿਆ, ਹੁਣ ਦੇਖਦੇ ਅੱਗੇ ਜਾ ਕੇ ਕੀ ਬਣਦਾ ਫੁੱਟਬਾਲ। ਕੋਸ਼ਿਸ਼ ਹੈ ਅੱਗੇ, ਹੈ ਨਾ, ਸੋ ਉਮੀਦ ਹੈ। ਹਾਂਜੀ, ਟੂਰਨਾਮੈਂਟ ਜਿੱਤ ਕੇ ਆਉਂਦੇ ਤਾਂ ਵਧੀਆ ਲੱਗਦਾ, ਕੋਈ ਸਪੋਰਟ ਦਿਲੋਂ ਕਰਨ ਨੂੰ ਵੀ ਦਿਲ ਕਰਦਾ ਕਿ ਲੈ ਕਿੱਦਾਂ ਵੀ ਕੋਈ ਬੱਚਾ ਵਧੀਆ ਖੇਡਦੇ ਆ, ਸੋ ਉਹਨੂੰ ਕਈ ਵਾਰੀ ਉਦੋਂ ਕੋਈ ਸ਼ੂਜ਼ ਨਹੀਂ ਹੁੰਦੇ ਬਟ ਉਹ ਖੇਡਣਾ ਚਾਹੁੰਦਾ, ਸੋ ਉਹਨੂੰ ਦਿੰਦੇ ਹਾਂ ਉਹ ਚੀਜ਼ਾਂ ਲੈ ਕੇ ਅਵੇਲੇਬਲ ਕਰਦੇ ਹਾਂ, ਪਿੰਡ ਵੱਲੋਂ ਵੀ ਕਾਫੀ ਹੈਲਪ ਹੁੰਦੀ ਆ। ਸਮੇਂ ਦੀ ਆਵਾਜ਼ ਰੇਡੀਓ ਸਪਾਈਸ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਅੱਜ ਅਸੀਂ ਪਹੁੰਚੇ ਹੋਏ ਹਾਂ ਮਿੱਠਾਪੁਰ ਦੇ ਫੁੱਟਬਾਲ ਸਟੇਡੀਅਮ ਦੇ ਵਿੱਚ, ਜਿੱਥੇ ਛੋਟੇ ਛੋਟੇ ਬੱਚੇ ਮੇਰੇ ਪਿੱਛੇ ਤੁਸੀਂ ਦੇਖ ਪਾ ਰਹੇ ਹੋ ਫੁੱਟਬਾਲ ਦੀ ਪ੍ਰੈਕਟਿਸ ਕਰ ਰਹੇ ਨੇ। ਇੱਕ ਪਾਸੇ ਤਾਂ ਫੀਫਾ ਵਰਲਡ ਕੱਪ ਦੇ ਵਿੱਚ ਫਰਾਂਸ ਦੀ ਟੀਮਾਂ, ਅਰਜਨਟੀਨਾ ਦੀ ਟੀਮਾਂ, ਬ੍ਰਾਜ਼ੀਲ ਦੀਆਂ ਟੀਮਾਂ ਲਗਾਤਾਰ ਜਿੱਤ ਹਾਸਲ ਕਰਦੀਆਂ। ਕਦੇ ਤੁਹਾਡੇ ਦਿਮਾਗ ਦੇ ਵਿੱਚ ਨਹੀਂ ਆਇਆ ਕਿ ਜਿਹੜਾ ਫੁੱਟਬਾਲ ਦਾ ਕਰੇਜ਼ ਬਾਕੀ ਦੇਸ਼ਾਂ ਦੇ ਵਿੱਚ ਹੈ, ਅਸੀਂ ਵੀ ਇਸ ਵਾਰੀ ਫੁੱਟਬਾਲ ਨੂੰ ਬਹੁਤ ਹੀ ਜ਼ਿਆਦਾ ਹੱਲਾਸ਼ੇਰੀ ਦਿੱਤੀ, ਬੜੇ ਖੁਸ਼ ਹੋ ਕੇ ਅਸੀਂ ਅਰਜਨਟੀਨਾ ਦੇ ਗੁਣ ਗਾਏ। ਸਾਡਾ ਇੱਕ ਪੰਜਾਬੀ ਭਰਾ, ਸਿੱਖ ਭਰਾ ਜਿਹੜਾ ਸੀ ਉਹ ਅਰਜਨਟੀਨਾ ਦੀ ਟੀਮ ਦਾ ਡਰਾਈਵਰ ਤੱਕ ਸੀ, ਪਰ ਅਸੀਂ ਖੁਦ ਉਸ ਲੈਵਲ 'ਤੇ ਕਿਉਂ ਨਹੀਂ ਪਹੁੰਚ ਪਾਏ? ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗੇ ਕਿ 1948 ਤੋਂ ਹੀ, ਯਾਨੀ ਕਿ ਦੇਸ਼ ਦੀ ਆਜ਼ਾਦੀ ਦੇ ਨਾਲ ਹੀ ਫੁੱਟਬਾਲ ਦਾ ਇਤਿਹਾਸ ਸ਼ੁਰੂ ਹੋ ਜਾਂਦਾ ਹੈ ਸਾਡੇ ਭਾਰਤ ਦੇ ਵਿੱਚ, ਪਰ ਫਿਰ ਵੀ ਕੀ ਕਾਰਨ ਹੈ ਕਿ ਫੀਫਾ ਵਰਲਡ ਕੱਪ ਦੇ ਵਿੱਚ ਭਾਰਤ ਸਿਰਫ ਪਹਿਲੀ ਅਤੇ ਅਖੀਰਲੀ ਵਾਰ 1950 ਦੇ ਵਿੱਚ ਹੀ ਨੁਮਾਇੰਦਗੀ ਕਰ ਪਾਉਂਦਾ ਹੈ? ਉਹ ਭਾਰਤ ਜਿਹਦੀ ਰੈਂਕਿੰਗ ਜਿਹੜੀ ਹੈ 106 'ਤੇ ਚੱਲ ਰਹੀ ਹੈ, ਆਖਿਰ ਕੀ ਵਜ੍ਹਾ ਹੈ? ਗਰਾਊਂਡ ਦੇ ਵਿੱਚ ਖੜ੍ਹ ਕੇ ਗਰਾਊਂਡ ਲੈਵਲ ਦੀ ਰਿਐਲਿਟੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਫੁੱਟਬਾਲ ਦੇ ਗੋਲ ਕਰਨ ਵਾਲੇ ਪਲੇਅਰ ਨੇ ਸੁਨੀਲ ਛੇਤਰੀ, ਔਰ ਜੇ ਅਸੀਂ ਗੱਲ ਕਰੀਏ ਇਸ ਜਗ੍ਹਾ ਦੀ ਮਿੱਠਾਪੁਰ ਦੇ ਇਸ ਫੁੱਟਬਾਲ ਸਟੇਡੀਅਮ ਦੀ ਜਿੱਥੇ ਤੁਸੀਂ ਬੱਚਿਆਂ ਨੂੰ ਖੇਡਦੇ ਦੇਖ ਪਾ ਰਹੇ ਹੋ, ਅਤੇ ਮੇਰੇ ਨਾਲ ਕੁਝ ਕੋਚਿਸ ਨੇ, ਨੋਰਮਲੀ ਕੀ ਹੁੰਦਾ ਹੈ ਕਿ ਕੋਚ ਜਿਹੜੇ ਨੇ ਸਟੇਟ ਲੈਵਲ ਜਾਂ ਫਿਰ ਨੈਸ਼ਨਲ ਲੈਵਲ ਤੱਕ ਖੇਡੇ ਹੁੰਦੇ ਆ, ਬਟ ਇਹ ਜਾਂ ਤਾਂ ਪਿੰਡ ਲੈਵਲ ਤੱਕ ਖੇਡੇ ਨੇ ਜਾਂ ਸਿਰਫ ਆਪਣੇ ਸ਼ੌਕ ਨੂੰ ਫੈਨ ਹੋਣ ਦੇ ਨਾਤੇ ਹੀ ਫੁੱਟਬਾਲ ਨੂੰ ਪ੍ਰਮੋਟ ਕਰ ਰਹੇ ਨੇ? ਆਖਿਰ ਕੀ ਵਜ੍ਹਾ ਹੈ ਕਿ ਉਹ ਸਰਕਾਰਾਂ ਜੋ ਖੇਡ ਮੇਲੇ ਆਯੋਜਿਤ ਕਰਦੀਆਂ ਨੇ, ਉਹ ਭਗਵੰਤ ਮਾਨ ਜਿਨ੍ਹਾਂ ਦੀਆਂ ਵੀਡੀਓਜ਼ ਤੁਸੀਂ ਦੇਖੀਆਂ ਫੁੱਟਬਾਲ ਖੇਡਦਿਆਂ ਦੀਆਂ, ਆਖਿਰ ਕੀ ਕਾਰਨ ਹੈ ਕਿ ਉਹ ਖੁਦ ਫੁੱਟਬਾਲ ਨੂੰ ਇੰਨਾ ਪ੍ਰਮੋਟ ਨਹੀਂ ਕਰ ਪਾ ਰਹੇ? ਜੀ, ਸਵਾਗਤ ਹੈ ਤੁਹਾਡਾ ਰੇਡੀਓ ਸਪਾਈਸ ਤੇ। ਥੈਂਕ ਯੂ ਵੈਰੀ ਮਚ ਜੀ। ਤੁਸੀਂ ਫੁੱਟਬਾਲ ਦੇ ਸਿਰਫ ਫੈਨ ਹੋ, ਉਹਦਾ ਪ੍ਰੋਫੈਸ਼ਨਲ ਟ੍ਰੇਨਿੰਗ ਨਹੀਂ ਲਈ? ਨਹੀਂ ਜੀ। ਫਿਰ ਵੀ ਇਹਦੇ ਬਾਵਜੂਦ ਇਹਨਾਂ ਬੱਚਿਆਂ ਨੂੰ ਖੇਡਦਿਆਂ ਦੇਖਦੇ ਹੋ, ਔਰ ਕੀ ਸੋਚ ਕੇ ਇਸ ਐਸੋਸੀਏਸ਼ਨ ਦੇ ਨਾਲ ਜੁੜੇ ਹੋ? ਅਸੀਂ, ਸਾਡਾ ਮੋਟਿਵ ਇਹੀ ਆ ਵੀ ਜਿਹੜੀ ਚੀਜ਼ 'ਤੇ ਅਸੀਂ ਨਹੀਂ ਅਚੀਵ ਕਰ ਸਕੇ ਵੀ ਸਾਡੇ ਅਸੀਂ ਕਿਸੇ ਹਿਸਾਬ ਨਾਲ ਅਸੀਂ ਜਿਹੜਾ ਬੱਚਿਆਂ ਨੂੰ ਵਿੱਚ ਉਹਨੂੰ ਅਚੀਵ ਕਰ ਸਕੀਏ, ਅਸੀਂ ਇਹਨਾਂ ਬੱਚਿਆਂ ਨੂੰ ਕਿਸੇ ਤਰ੍ਹਾਂ ਵੀ ਕਿਸੇ ਲੈਵਲ ਦੇ ਉੱਤੇ, ਕੋਈ ਘਰੋਂ ਗਰੀਬ ਆ, ਕੋਈ ਘਰੋਂ ਆਪਣੇ ਨਹੀਂ ਅਫੋਰਡ ਕਰ ਸਕਦਾ, ਇਹਨਾਂ ਨੂੰ ਆਲੇ ਦੁਆਲੇ ਦੀਆਂ ਚੀਜ਼ਾਂ ਨਾਲ ਐਟਲੀਸਟ ਸਪੋਰਟਸ ਨਾਲ ਤਾਂ ਜੋੜ ਕੇ ਰੱਖੀਏ ਵੀ ਜਿੱਥੇ ਨਾਲ ਉਹਨਾਂ ਨੂੰ ਕੋਈ ਚੰਗੀ ਚੀਜ਼, ਕੋਈ ਚੰਗਾ ਮੋਟੀਵੇਸ਼ਨ ਮਿਲੇ। ਕਿਸ ਤਰੀਕੇ ਦੇ ਨਾਲ ਇਹਨਾਂ ਦੀ ਮਦਦ ਕਰਦੇ ਹੋ? ਫੰਡਸ ਦੇ ਨਾਲ, ਫੂਡ ਦੇ ਨਾਲ, ਕਿਵੇਂ ਕਰਦੇ ਹੋ? ਅਸੀਂ ਇਹਨਾਂ ਨੂੰ ਸਭ ਕੁਝ ਹਾਲ ਦੀ ਘੜੀ ਦਾ ਪ੍ਰੋਵਾਈਡ ਕਰ ਰਹੇ ਹਾਂ, ਜਿਹਨਾਂ ਨੂੰ ਸ਼ੂਜ਼ ਦੀ ਜ਼ਰੂਰਤ ਹੈ ਬੱਚਿਆਂ ਨੂੰ ਸ਼ੂਜ਼ ਵੀ ਮਿਲਦੇ ਆ, ਸਾਡੇ ਟੀ ਸ਼ਰਟ, ਟਰੈਕ ਸੂਟ ਵਗੈਰਾ, ਬਾਲਸ ਵਗੈਰਾ ਸਾਡੀਆਂ ਸਾਰੀਆਂ ਇਹਨਾਂ ਨੂੰ ਅਸੀਂ ਪ੍ਰੋਵਾਈਡ ਕਰਦੇ, ਇਹਨਾਂ ਨੂੰ ਕੋਈ ਆਪਣੇ ਕੋਲੋਂ ਇੱਦਾਂ ਨਹੀਂ ਵੀ ਘਰੋਂ ਲੈ ਕੇ ਆਉਣ ਦੀ ਲੋੜ ਹੈ, ਇਹ ਸਿਰਫ ਸਾਡੇ ਕੋਲ ਆਉਣ, ਅਸੀਂ ਇਹਨਾਂ ਨੂੰ ਸਭ ਕੁਝ ਦਿੰਦੇ ਹਾਂ। ਇਹ ਤੁਸੀਂ ਦੇ ਰਹੇ ਹੋ ਆਪਣੇ ਲੈਵਲ 'ਤੇ ਫੁੱਟਬਾਲ ਦੇ ਫੈਨ ਹੋਣ ਦੇ ਨਾਤੇ, ਸਰਕਾਰ ਨੇ ਕਦੀ ਕੋਈ ਮਦਦ ਦੀ ਪੇਸ਼ਕਸ਼ ਕੀਤੀ? ਨਹੀਂ, ਸਾਨੂੰ ਪਿੰਡ ਵੱਲੋਂ ਤਾਂ ਸਾਨੂੰ ਜਦੋਂ ਅਸੀਂ ਮੰਗੀਏ, ਜਿੰਨੀ ਸਾਨੂੰ ਮੰਗੀਏ ਸਾਨੂੰ ਹੈਲਪ ਮਿਲ ਜਾਂਦੀ ਆ। ਸਾਨੂੰ ਕੋਈ ਬਾਹਰੋਂ ਆਉਂਦਾ ਆ ਸਾਨੂੰ ਇਹੀ ਗੱਲ ਕਹਿ ਜਾਂਦਾ ਵੀ ਤੁਹਾਡੀ ਗਰਾਊਂਡ ਨਹੀਂ ਉਸ ਲੈਵਲ ਦੀ ਵੀ ਤੁਹਾਨੂੰ ਵੀ ਅਸੀਂ ਕਰਕੇ ਤੁਹਾਨੂੰ ਕਰ ਨਹੀਂ ਸਕਦੇ, ਵੀ ਸਾਡੇ ਕੋਲ ਕਈ ਕੁਛ ਕਈ ਆਉਂਦੇ ਆਪਾਂ ਪਰਟੀਕੁਲਰਲੀ ਨਾਮ ਕਾਹਤੇ ਲੈਣਾ, ਸਾਨੂੰ ਇਸੇ ਗੱਲ ਤੋਂ ਰੋਕ ਦਿੰਦੇ ਆ ਵੀ ਤੁਹਾਡੀ ਗਰਾਊਂਡ ਨਹੀਂ, ਜੇ ਗਰਾਊਂਡ ਅਸੀਂ ਇੰਡੀਵਿਜੁਅਲੀ ਕਰੀਏ, ਇੱਕ ਪਿੰਡ ਲੈਵਲ ਦੀ ਇੱਦੂ ਵਧੀਆ ਗਰਾਊਂਡ ਮੈਨੂੰ ਲੱਗਦਾ ਵੀ ਬਹੁਤ ਘੱਟ ਹੀ ਆ, ਠੀਕ ਨੇ, ਜਿੰਨੇ ਇੱਥੇ ਬੱਚੇ ਖੇਡ ਰਹੇ ਆ ਅਸੀਂ ਇਹਨੂੰ ਜਾਂ ਤਾਂ ਟੋਟਲੀ ਬੰਦ ਕਰਕੇ ਮੇਨਟੇਨ ਕਰੀਏ, ਨਹੀਂ ਕਰ ਸਕਦੇ ਤਾਂ ਇੱਦੂ ਜ਼ਿਆਦਾ ਗਰਾਊਂਡ ਕਿਤੇ ਮੇਨਟੇਨ ਨਹੀਂ ਹੋ ਸਕਦੀ ਜੀ, ਅਤੇ ਉਸ ਤੋਂ ਇਲਾਵਾ ਸਾਨੂੰ ਬਾਹਰੋਂ ਨਹੀਂ ਕੋਈ, ਸਾਨੂੰ ਨਾ ਕੋਈ ਆਉਂਦੇ ਆ ਆ ਕੇ ਦੇਖ ਕੇ ਚਲੇ ਜਾਂਦੇ ਆ, ਸਾਈਟ ਆ ਜੀ ਠੀਕ ਆ ਤੁਹਾਡੇ ਕੋਲ ਬੱਚੇ ਇੰਨੇ ਹੈਗੇ ਆ, ਵੈਰੀ ਗੁੱਡ ਆ, ਬਹੁਤ ਗੁੱਡ ਐਪਰੀਸ਼ੀਏਸ਼ਨ ਦਿੰਦੇ ਆ, ਪਰ ਉਦੋਂ ਇਲਾਵਾ ਨਹੀਂ, ਐਪਰੀਸ਼ੀਏਸ਼ਨ ਤੋਂ ਇਲਾਵਾ ਕੁਛ ਨਹੀਂ, ਯਾਨੀ ਐਪਰੀਸ਼ੀਏਸ਼ਨ ਤੋਂ ਇਲਾਵਾ ਕੁਝ ਵੀ ਨਹੀਂ? ਕੁਛ ਵੀ ਨਹੀਂ ਜੀ, ਸਾਡੇ ਅਸੀਂ ਬੱਚੇ ਖੇਲੋ ਆਪਣੇ 'ਚ ਗਏ ਸੀਗੇ, ਸਾਡੇ ਦੋ ਤਿੰਨ ਬੱਚੇ ਕਾਫੀ ਅੱਗੇ ਪਰਫੋਰਮ ਕਰਕੇ ਆਏ ਆ, ਹਜੇ ਵੀ ਠੀਕ ਆ ਜਦੋਂ ਜਾਂਦੇ ਆ, ਨੋਰਮਲ ਐਵਰੇਜ ਬੱਚਿਆਂ ਨਾਲ ਬਹੁਤ ਅੱਛੇ ਆ, ਪਰ ਉਹਨਾਂ ਨੂੰ ਵੀ ਕੋਈ ਇੱਦਾਂ ਨਹੀਂ ਵੀ ਕੋਈ ਐਪਰੀਸ਼ੀਏਸ਼ਨ ਜਾਂ ਕੋਈ ਕਹਵੇ ਕੋਈ ਆ ਕੇ ਦੇ ਕੇ ਉਹਨਾਂ ਨੂੰ ਸਪੋਰਟ ਕਰੇ ਉਹਦੇ ਬਾਰੇ ਨਹੀਂ, ਇਹ ਸਰਵੇ ਸਾਡੇ ਇੱਥੇ ਇੱਕ ਲੈਵਲ ਦਾ ਰਹਿ ਗਿਆ, ਸਾਨੂੰ ਜਿੰਨੇ ਕੁ ਮੁੰਡੇ ਕਰਦੇ ਆ ਸਾਡੇ ਆ ਪ੍ਰਿੰਸ ਹੋਣੀਆਂ ਕਰਦੇ ਆ ਜਿਹੜੇ ਪਰਮ ਹੋਣੀ ਕਰਦੇ ਆ, ਇਹ ਆਪਣੇ ਕੋਲੋਂ ਜੋ ਇਹਨਾਂ ਨੂੰ ਮਿਲਦਾ, ਕਿਉਂਕਿ ਅਸੀਂ ਬਾਰ ਬਾਰ ਕਿਸੇ ਨੂੰ ਇੰਨਾ ਕਹਿ ਨਹੀਂ ਸਕਦੇ ਵੀ ਬਾਰ ਬਾਰ ਫੰਡ ਦਿਓ, ਕਿਉਂਕਿ ਪਿੰਡ ਦੇ ਵਿੱਚ ਕੁਛ ਬੰਦੇ ਹੁੰਦੇ ਆ ਜਿਨ੍ਹਾਂ ਨੇ ਫੰਡ ਦੇਣਾ ਹੁੰਦਾ, ਉਹਨਾਂ ਤੋਂ ਕਿੰਨਾ
जो कुछ हों इतों अपने को गैदरिंग करके भी जो भी मुंडे अगे लगे हुआ है जो कलैक्शन करते हैं वो हिसाब न ही चलता। भगवंत मान की सरकार जो खेड मेले आयोजित करती है तो उस वेले भी कहा जाता है कि हूँ खेडा के नाल ही पंजाब का नाम रोशन किया जाएगा, पर इन बच्चों की बांह फड़न वाला आखर कोई भी नहीं है। प्रिंस से परम हो रही साढ़े नाल ने जी, इन्हों को जानना चाहवागे। परम तो शुरुआत करते हैं जी। परम सत श्रीकाल, तो किस तरीके दे नाल इत्थे तुसी मेंटेन कर पा रहे हो अपना जो तुहाडा एक्सपीरियंस है जूनियर्स तक दे रहे हो उन्हां नूं, सो किवें दा लगदा तुहानूं? ठीक लगता, मैं वधिया लगता। जिदा जो आप छोटे होंगे से सानू इन्नी सपोर्ट नहीं मिलती सी, लाइक आने से ग्राउंड भी इन्नी वैल मेंटेन नहीं सी, कोई फंड नहीं दिंदा से, कोई शूज़ नहीं, कोई बॉल नहीं। हुण जिदा वधिया हुण आप एलिजिबल होए हां उस चीज़ नूं गांह आप बच्चे नूं दे सकदे हां जी, सो असीं दिंदे हां उह चीज़ां। तो वधिया लगता जो बच्चे गांह डिस्ट्रिक्ट जाते खेडते या अदर टूरनामेंट जित के आते तो वधिया लगता। कोई स्पोर्ट दिलों करन भी दिल करता कि लाइक इदा भी कोई बच्चा वधिया खेडदे आ, सो उन्हूं कई बार उहदे कोल शूज़ नहीं होंदे बट वह खेडना चाहुंदा, सो उन्हूं दिंदे आ उह चीज़ां लैके अवेलेबल करदे आ। पिंड वल्लों भी काफ़ी हैल्प हुंदी आ जी, सो साडे नाल दे भी काफ़ी यार दोस्त आ जिहड़े हैल्प कर देंदे आ, सो वधिया लगता इह चीज़ां। तुसीं खुद सिर्फ पिंड लैवल तक ही खेडे हो, क्यों, वजह की इहदी? वजह इदा सी कि लाइक कोई अगे उस टाइम च कोई सपोर्ट नहीं करता सी लाइक, तो ना ही इन्ना कोई वैल मेंटेन सीगा, कोई मतलब नहीं कर सकता सीगा। असी अपने हद तक करते सी, चलो वधिया खेड लैंदे सी, बट वो पिंड तक ही रह गया कि हाँ पिंड तक जा गांह अगे सपोर्ट मिली नहीं, सो पिंड लैवल तक ही हुण टूरनामेंट वगैरह ते जाईदा, डेट सेट इत्थों तक ही हुंदा, अगे नैशनल इंटरनेशनल स्टेट लैवल तक नहीं। नैशनल इंटरनेशनल जो असी गल करिए, असी स्टेट की गल कर लीए, पंजाब सरकार की गल कर लीए, भारत सरकार की गल करिए, बकायदा खेड मंत्रालय खेड नीतियां ने, कित्थों नीतियां फेल हो गई, की लगता कि क्यों असी उत्थे दे उत्थे रह गए? मैम मेन गल सारी मनी तो आँदी आ भी पैसे नाल ही सब कुछ हो सकता आ, जे एक बच्चे नूं तैयार करना है तो उन्हूं पैसे की लोड़ आ, पैसा प्रोवाइड करने वाला कोई नहीं हैगा, पिछों पैसे आते हैं बट अगे वो नहीं उस बच्चे तक पहुँच जा पहुँच सकते तो उतों फिर बच्चा मार खाता, जो खेडना भी चाहे तो भी वो नहीं खेड सकता, वो लाइक ड्रीम वह उत्थे रह जाता है जिथे तक उन्होंने रखते हैं लोग। बहुत बहुत शुक्रिया। इस तरीके इदा क्यों लगता है भी साढ़े बच्चों को बुनियादी सहूलत नहीं मिल पाँदी जिदी सच्ची मुची दरकार होंगी है? मैम बिल्कुल मैम, जिदा हुण इत्थे भी तुसीं लागे छागे भी देख लो, ग्राउंड हैगियां भी आ कुछ हैगियां भी आ शहरां विच, पहली तो गल है शहरां विच ग्राउंडां बहुत घट आ, जिहड़ियां हैगियां उह पेड आ, उह घट्टो घट तां 5-5 हज़ार 6-6 हज़ार 2-2 महीने दा 3-3 महीने दा लैंदे आ। इत्थे असीं बिल्कुल फ्री ऑफ कॉस्ट आ, हर सहूलत इही देईदी आ, डाइट वगैरह इन्हां ट्रैक सूट सब अपने कोलों दे रहे जी। बिल्कुल बिल्कुल हां जी, सब कुछ यही, बिना किसी सरकारी मदद दे, बिना सरकारी मदद दे है ना। हां जी जी, ते लगदा नहीं कि किसी वेले आके ना जदों आपां कहने आ कि कोला किसी वेले खाली भी हो जांदा, भांडा खाली भी हो जांदा आ, हां जी, ते ओ किद्दां मतलब फिर मैनेज करदे हो? दिल नहीं करदा भी सरकार नूं कहिए या फिर किसी तरीके दी कोई मदद ही मिल जाए कितों? बिल्कुल मैम, इदां ही कई वारी जदों कोशिश करीदी भी आ कि किसी पॉलिटिशियन कोल जाइए, उहनां कोल गल करिए कि इदां आपां नूं तुहाडे नेड़े ही ने प्रगट सिंह, ओह वी कदे खेड मंत्री रहे ने, हां जी, उहनां वल्लों कई वारी सानूं मिलिया भी है सानू योगदान भी, तो कई बार हो भी जाता है मैम, खाली भी हो जाने ही सरकार बदल गई तो फिर बिल्कुल गल गई है। हाँ जी, हाँ जी मैम, चलो खैर कोशिश करांगे कि बदलाव जड़ा है वो सचमुच आवे और बदलाव जमीनी तौर पर आवे जिदी सच्ची मुची दरकार है। बच्चे साढ़े नाल ने जड़े कि स्टेट लैवल पर खेड के आए हैं और इन्होंने मिठापुर का नाम जड़ा रोशन किया। हाँ जी बच्चे, नाम दसो अपने। भरत। भरत, तुसी? सरबजोत। सरबजोत, सरबजोत ते भरत केड़ी क्लास पढ़ते हो? मैं 7th में। मैं 8th की। वाह भी वाह, 7वीं ते 8वीं दे बच्चे, अमूमन तुहाडी 13-14 साल उम्र होनी है। हाँ जी। है ना, ते अंडर 14 खेड के आयो? हाँ जी जी। सो केहो जा लगा और सर ने केहो जी तैयारी कराई सी? सर ने बहुत सही तैयारी कराई सी, रोज सर पूरे टाइम ते बुलाउंदे सीगे, सर ने स्टेट जांच भी साडा बहुत साथ दिता, सारा प्रैक्टिस बहुत अच्छे सही कराई है सर ने, बहुत ज्यादा अच्छी प्रैक्टिस कराई है जी। इत्थे मैं अपने दर्शकों एक बार फिर तो दोहरा देना चाहनी है कि इन्हां दे कोच ओह ने जो खुद कदे स्टेट लैवल नहीं खेडे, खुद पिंड पद्धर ते खेड के भी सिर्फ अपना जज्बा, अपने जोश, अपने जनून दे सदका ही उन्होंने इन्हां बच्चों इन्हां दे विच अग्गे एक फ्यूचर देखा। अच्छा, फेवरेट कौन है फुटबॉलर तुहाडा? क्रिस्टियानो रोनाल्डो। ओ वाओ, तुहाडा? मेसी। मेसी, वाओ, दिल करदा है कि उन्हां वांग खेडिए? हाँ जी। की लगदा है कि इंडिया दे विचों ते होणा नहीं, इंडिया दी तां 106 रैंकिंग है? हाँ जी। दिल दुखदा उदों? हाँ जी। मैचिस देखे सी तां की दिल दे विच आया सी? मैचेस देख के इदा लगा है कि इंडिया भी इस लैवल पर होना चाहिए सेगा, पर हुण इंडिया चे गेम फुटबॉल एड्डी फेमस है नहीं गी। हुण फिर देखिया आप फीफा दे बाद चो ना कि फुटबॉल च भी लोग बहुत ज्यादा फैन होंदे, हुण देखदे आगे जाके की बनता फुटबॉल। कोशिश है अगे, है ना।
ਸੋ ਉਮੀਦ ਹੈ ਹਾਂਜੀ ਅੱਛਾ ਕੀ ਦਿਲ ਕੀ ਕਰਦਾ ਹੈ ਕਿ ਸਾਡੀ ਗਰਾਊਂਡ ਦੇ ਵਿੱਚ ਕੀ ਹੋਣਾ ਚਾਹੀਦਾ ਕੀ ਕਮੀਆਂ ਨੇ ਕਮੀ ਤਾਂ ਗਰਾਊਂਡ 'ਚ ਕੋਈ ਨਹੀਂ ਆ ਸਾਨੂੰ ਜੋ ਚੀਜ਼ ਚਾਹੀਦੀ ਆ ਉਹ ਮਿਲ ਜਾਂਦੀ ਆ ਸਰ ਸਾਡੇ ਸਾਰਾ ਕੁਝ ਅੱਛਾ ਹਾਂਜੀ ਸਾਰੇ ਪ੍ਰੋਵਾਈਡ ਕਰਦੇ ਹਰ ਇੱਕ ਚੀਜ਼ ਹਾਂਜੀ ਸਭ ਕੁਝ ਸਰ ਪ੍ਰੋਵਾਈਡ ਕਰਦੇ ਆ ਹਾਂਜੀ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦੇ ਸੋ ਕਿਹੜੀ ਉਹ ਟੈਕਨੀਕ ਹੈ ਜਿਹਦੇ ਨਾਲ ਤੁਸੀਂ ਸਟੇਟ ਦੇ ਵਿੱਚ ਵਿਨ ਕੀਤਾ ਟੀਮ ਵਰਕ ਟੀਮ ਵਰਕ ਵਾਓ ਅੱਛਾ ਤੇ ਝਿੜਕਾਂ ਵੀ ਪਈਆਂ ਹੋਣਗੀਆਂ ਕੋਈ ਇੱਦਾਂ ਦੀ ਗੱਲ ਯਾਦ ਆਈ ਹੋਵੇ ਜਦੋਂ ਸਰ ਕੋਲ ਝਿੜਕਾਂ ਪਈਆਂ ਹੋਣ ਉਹ ਸਾਡੀ ਗਲਤੀ ਦਾ ਹੀ ਹੁੰਦਾ ਹੈਗਾ ਫਿਰ ਵੀ ਕੋਈ ਇੱਦਾਂ ਦਾ ਵਾਕਿਆ ਹੋਵੇ ਫਿਰ ਜਦੋਂ ਕੰਨ 'ਤੇ ਪਈ ਹੋਵੇ ਨਹੀਂ ਇੱਦਾਂ ਤਾਂ ਕਦੀ ਨਹੀਂ ਮਾਰੀ ਉੱਦਾਂ ਝਿੜਕਾ ਬਹੁਤ ਵਾਰੀ ਦਿੱਤਾ ਹੈ ਉਹਨਾਂ ਨੇ ਕਈ ਵਾਰੀ ਆਪਾਂ ਟਾਈਮ ਸਿਰ ਪਹਿਲਾਂ ਆ ਕੇ ਇੱਧਰ ਖੱਪ ਕਰਨ ਸ਼ੁਰੂ ਕਰ ਦਿੰਦੇ ਸੀਗੇ ਨਾ ਅਤੇ ਉਦੋਂ ਬਹੁਤ ਜ਼ਿਆਦਾ ਮਤਲਬ ਗਾਲਾਂ ਪਈਆਂ ਸਰ ਤੋਂ ਕਹਿੰਦੇ ਸੀਗੇ ਫਿਰ ਤੁਹਾਨੂੰ ਟਾਈਮ 'ਤੇ ਬੁਲਾਇਆ ਆਪਣੀ ਵੀ ਰੈਸਟ ਦੇਖੋ ਅਤੇ ਆਪਣੀ ਬੋਡੀ 'ਤੇ ਧਿਆਨ ਦਿਉ ਐਡਾ ਜ਼ਿਆਦਾ ਨਾ ਆਪਣੀ ਬੋਡੀ 'ਤੇ ਪ੍ਰੈਸ਼ਰ ਲਾਓ ਜਿੰਨਾ ਹੈਗਾ ਆ ਉਨਾ ਹੀ ਕਰੋ ਉਹਦੇ ਕਰਕੇ ਫਿਰ ਬਹੁਤ ਵਾਰੀ ਗਾਲਾਂ ਪਈਆਂ ਬਸ ਇੱਦਾਂ ਹੀ ਯਾਦ ਆ ਹੁਣ ਬਾਕੀ ਪਤਾ ਨਹੀਂ ਹੁਣ ਜਦੋਂ ਹੋਊਗਾ ਉਦੋਂ ਦੱਸਾਂਗੇ ਅੱਛਾ ਕੀ ਲੱਗਦਾ ਹੈ ਕਿ ਕਿੰਨਾ ਕੁ ਡਿਸਿਪਲਿਨ ਆਉਂਦਾ ਖੇਡ ਕੇ ਡਿਸਿਪਲਿਨ ਤਾਂ ਬਹੁਤ ਮਤਲਬ ਜਿਹਨੇ ਕੋਈ ਡਿਸਿਪਲਿਨ ਹੁੰਦਾ ਉਹ ਹੀ ਖੇਡ ਸਕਦਾ ਆ ਹਾਂਜੀ ਜੀ ਕਿਆ ਬਾਤ ਹੈ ਜੀ ਛੋਟੇ ਛੋਟੇ ਬੱਚਿਆਂ ਦੇ ਮੂੰਹੋਂ ਡਿਸਿਪਲਿਨ ਦੀਆਂ ਗੱਲਾਂ ਔਰ ਖੇਡ ਦੀਆਂ ਗੱਲਾਂ ਇੰਨੇ ਸੂਝਵਾਨ ਬਣ ਗਏ ਨੇ ਬੱਚੇ ਸਿਰਫ ਸਾਡੇ ਪੰਜਾਬ ਨੂੰ ਲੋੜ ਹੈ ਨਸ਼ਿਆਂ ਤੋਂ ਦੂਰ ਕਰਨ ਦੀ ਔਰ ਉਹ ਨਸ਼ਿਆਂ ਦੇ ਨਾਲ ਦੂਰੀ ਤਾਂ ਹੀ ਹੋ ਸਕਦੀ ਹੈ ਜੇ ਸਾਡੇ ਬੱਚਿਆਂ ਨੂੰ ਉਹ ਮਾਹੌਲ ਦਿੱਤਾ ਜਾਵੇ ਇੱਕ ਵਾਰੀ ਫਿਰ ਤੋਂ ਸਰਕਾਰ ਦੇ ਅੱਗੇ ਇਹੀ ਅਪੀਲ ਕਰਨਾ ਚਾਹਾਂਗੇ ਕਿ ਇਹਨਾਂ ਬੱਚਿਆਂ ਦੇ ਭਵਿੱਖ ਬਾਰੇ ਸੋਚੋ ਇਹਨਾਂ ਦੇ ਵਿੱਚੋਂ ਵੀ ਮੈਸੀ ਅਤੇ ਰੋਨਾਲਡੋ ਨਿਕਲ ਸਕਦੇ ਨੇ ਬਸ ਕੋਸ਼ਿਸ਼ ਜਾਰੀ ਰੱਖੋ ਔਰ ਸਿਰਫ ਜ਼ਮੀਨੀ ਤੌਰ 'ਤੇ ਜਦੋਂ ਕੰਮ ਕਰੋਗੇ ਤਾਂ ਸਾਹਮਣੇ ਉਹ ਨਤੀਜੇ ਜ਼ਰੂਰ ਆਉਣਗੇ ਸਿਰਫ ਅਸੀਂ ਬਾਹਰਲੇ ਨਾਮ ਹੀ ਕਿਉਂ ਸੁਣਦੇ ਹਾਂ ਮੈਸੀ ਅਤੇ ਰੋਨਾਲਡੋ ਕੀ ਸਾਡੇ ਸੁਨੀਲ ਛੇਤਰੀ ਇਹਨਾਂ ਵਿੱਚੋਂ ਨਹੀਂ ਨਿਕਲ ਸਕਦੇ ਇਹ ਉਹ ਬੱਚੇ ਨੇ ਜਿਹੜੇ ਕਿ ਜਿਨ੍ਹਾਂ ਦੇ ਵਿੱਚੋਂ ਕਈ ਸਟੇਟ ਲੈਵਲ ਤੱਕ ਵੀ ਜਿੱਤ ਕੇ ਆਏ ਨੇ ਔਰ ਇਹ ਵੀ ਜਿੱਤ ਸਕਦੇ ਨੇ ਪਰ ਜ਼ਰੂਰਤ ਹੈ ਸਰਕਾਰ ਦੀ ਉਹਨਾਂ ਸਹੂਲਤਾਂ ਦੀ ਕਰੋੜਾਂ ਰੁਪਇਆ ਖਰਚ ਕੇ ਤੁਸੀਂ ਖੇਡ ਮੇਲੇ ਆਯੋਜਿਤ ਕੀਤੇ ਪਰ ਜੇ ਕਿਤੇ ਚੰਦ ਰੁਪਈਏ ਇਹਨਾਂ ਬੱਚਿਆਂ ਦੇ ਉੱਪਰ ਵੀ ਲਾ ਦਿੱਤੇ ਜਾਣ ਇਹਨਾਂ ਦੇ ਸ਼ੂਜ਼ ਦੇ ਲਈ ਵੀ ਇਹ ਤਰਸਦੇ ਨੇ ਬੱਚੇ ਪਿੰਡ ਵਾਲੇ ਖੁਦ ਆਪਣੀ ਮਿਹਨਤ ਦੇ ਨਾਲ ਔਰ ਆਪਣੇ ਵੱਲੋਂ ਹੀ ਇਹ ਸਭ ਕਰਦੇ ਨੇ ਕਿਉਂਕਿ ਇਹਨਾਂ ਬੱਚਿਆਂ ਦਾ ਉਤਸ਼ਾਹ ਦੇਖਦੇ ਨੇ ਕੀ ਸਰਕਾਰ ਨੂੰ ਉਤਸ਼ਾਹ ਨਜ਼ਰ ਨਹੀਂ ਆਉਂਦਾ ਕਾਸ਼ ਕਿਤੇ ਸਰਕਾਰਾਂ ਦੀ ਵੀ ਨਜ਼ਰ ਪਵੇ ਇਹਨਾਂ ਬੱਚਿਆਂ ਦੇ ਉੱਪਰ ਅਤੇ ਸਰਕਾਰ ਵੀ ਅੱਗੇ ਆਵੇ ਸਿਰਫ ਉੱਪਰਲੇ ਤੌਰ 'ਤੇ ਖੇਡ ਮੇਲੇ ਆਯੋਜਿਤ ਕਰਕੇ ਗੱਲ ਨਹੀਂ ਬਣਨੀ ਗਰਾਊਂਡ ਲੈਵਲ 'ਤੇ ਵੀ ਕੰਮ ਕਰਨਾ ਪੈਣਾ ਕੈਮਰਾਮੈਨ ਮਹੇਸ਼ ਦੇ ਨਾਲ ਮੈਂ ਰੀਮਾ ਦੇਖਦੇ ਰਹੋ ਰੇਡੀਓ ਸਪਾਈਸ